ਆ ਲੋ ਆ ਵੀ ਖੁੱਲਣ ਵਾਸਤੇ ਆਇਆ ਹੋਏਗਾ ਆ ਕਿੰਨੇ ਕ ਮੱਥੇ ਦੇਖ ਲਓ ਤੁਸੀਂ ਪਏ ਨੇ ਕਿੰਨੇ ਫੋਰ ਉਰੇ ਖੁੱਲ ਗਏ ਆ ਫੋਰ ਖੁੱਲ ਰਹੇਗਾ ਦਿਨ ਭਰ ਦਿਨ ਬਾਈ ਫੋਰ ਖੁੱਲੀ ਜਾ ਰਹੇ ਨੇ ਤੇ ਉਰੇ ਦੇਖ ਇਹ ਪੱਲੇ ਮੈਂ ਇਕੱਠੇ ਚੱਕ ਲਏ ਹੁਣ ਤੇ ਦੇਖ ਲਓ ਪਹਿਲਾਂ ਨਿਗਾਹ ਮਾਰੋ ਤੇ ਇਹਨੇ ਮੱਡ ਗਾਰਡ ਆਪਣੇ ਪੇਂਟ ਹੋ ਚੁੱਕੇ ਨੇਗੇ ਇਹ ਹੈਗੇ ਨੇ ਆਨੰਦ ਵਾਲੇ ਫੋਰ ਦੇ ਤੇ ਇਹਦੇ ਫਰੰਟ ਰਿਮ ਪੇਂਟ ਹੋ ਚੁੱਕੇ ਨੇ ਆਹ ਫਰੰਟ ਰਿਮ ਨੇ ਇਹਦੇ ਇਹ ਵੱਡੇ ਵਾਲੇ ਨੇ ਚੌੜੇ ਵਾਲੇ ਨੇ ਦੇਖੋ ਚੜਾਈ ਵਾਲੇ ਨੇ ਇਹ ਵੀ ਇਹਦੇ ਪੇਂਟ ਹੋ ਚੁੱਕੇ ਨੇ ਤੇ ਆਹ ਵੇਟ ਨੇਗੇ ਇਹ ਕਰਮਜੀਤ ਢਿੱਲੋ ਵਾਲੇ ਦੇ ਨੇ ਬਾਈ ਕਰਮਜੀਤ ਢਿੱਲੋ ਬਾਈ 22 ਕਿਲੋ ਦੀਆਂ ਇੱਕ ਪਲੇਟ ਹੈ 22 ਤੇ ਆਹ ਮੈਨੂੰ ਲੱਗਦਾ ਹੋਊਗੀ ਇਹਦੇ ਲਿਖਿਆ ਹੋਊ ਵੇਟ 40 ਕਿਲੋ ਦੀ ਸੈਂਟਰ ਪਲੇਟ ਹੈ ਤੇ ਮੈਂ ਤੁਹਾਡੇ ਨਾਲ ਸਾਂਝਾ ਤਾਂ ਮੈਂ ਦੂਸਰਾ ਵਲੌਗ ਕਰਨਾ ਸੀਗਾ ਜਿਹੜਾ ਟਰੈਕਟਰ ਦੀ ਡਿਲੀਵਰੀ ਵਾਲਾ ਉਹ ਬਣਿਆ ਯਾਰ 1 ਘੰਟੇ ਪਲੱਸ ਦਾ ਵਲੌਗ ਹੈ ਕਿਉਂਕਿ ਉਹਦੀ ਟੈਸਟਿੰਗ ਟੂਸਟਿੰਗ ਬੜੀ ਹੋਈ ਤੇ ਬਹੁਤ ਕੁਛ ਉਹਦੇ ਨਾਲ ਆਇਆ ਲਾ ਲਓ ਵੀ ਦੀ ਚਲਾ ਚਲਾ ਕੇ 5-7 ਬੰਦਿਆਂ ਨੇ ਅੱਡ-ਅੱਡ ਚਲਾ ਕੇ ਦੇਖਿਆ ਤਾਂ ਕਰਕੇ ਵੀਡੀਓ ਕਾਫੀ ਲੰਬੀ ਬਣ ਗਈ ਉਹ ਤੇ 1 ਘੰਟੇ ਜੇ ਮੈਂ ਵੀਡੀਓ ਬਣਾਉਣਾ ਹੈਗਾ ਤਾਂ ਉਹਨੂੰ ਐਡਿਟ ਕਰਨ ਨੂੰ 2 ਘੰਟੇ ਲੱਗਦੇ ਤੇ ਟਰੈਕਟਰ ਦੀ ਡਿਲੀਵਰੀ ਵਾਲਾ ਵਲੌਗ ਬਾਈ 1.5 ਘੰਟੇ ਦਾ ਬਣਿਆ ਉਹਨੂੰ ਐਡਿਟ ਕਰਨ ਦੇ ਵਿੱਚ ਬਹੁਤ ਟਾਈਮ ਲੱਗ ਰਿਹਾ ਤੇ ਇਹਦੀ ਵੀਡੀਓ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵਾਲੀ ਵੀਡੀਓ ਮੈਂ ਸ਼ਾਮ ਤੱਕ ਅਪਲੋਡ ਕਰਨ ਦੀ ਕੋਸ਼ਿਸ਼ ਕਰਦਾ ਹਾਂਗਾ ਬਹੁਤ ਲੰਬਾ ਵਲੌਗ ਹੈ ਮੈਨੂੰ ਐ ਵੀ ਘੰਟੇ ਤੋਂ ਛੋਟਾ ਹੋ ਜੇ ਯਾਰ ਸੈੱਟ ਹੋ ਜੇ ਤੇ ਹਾਂਜੀ ਦੋਸਤੋ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਮੈਂ ਆਇਆ ਹੋਇਆ ਅੱਜ ਟਰੈਕਟਰ ਮੰਡੀ ਪਟਿਆਲਾ ਤੇ ਇੱਕ ਮੇਰਾ ਵੀਡੀਓ ਬਣਾਉਣ ਦਾ ਅੱਜ ਐ ਨਾਲੋਂ ਵੀ ਦਿਲ ਨਹੀਂ ਸੀਗਾ ਪਰ ਮੈਂ ਇੱਕ ਚੀਜ਼ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਚਾਹੁੰਦਾ ਸੀਗਾ ਉਹ ਸੀ ਫੋਰਡ 3600 ਬਾਰੇ ਤੇ ਫੋਰਡ 3600 ਬਾਰੇ ਅੱਜ ਦੀ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਕਰਾਂਗੇ ਆਪਾਂ ਤੇ ਇੱਕ ਤਾਂ ਇਹ ਟਰੈਕਟਰ ਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਇਹਨੂੰ ਪਿਆਰ ਕਰਦੇ ਨੇ ਵੀ ਇਹ ਟਰੈਕਟਰ ਬਾਈ ਖਤਮ ਹੁੰਦਾ ਜਾ ਰਿਹਾਗਾ ਜਾਂ ਤਾਂ ਇਹ ਟਰੈਕਟਰ ਜਿਨ੍ਹਾਂ ਨੇ ਖਰੀਦ ਲਿਆ ਉਹ ਵੇਚ ਦੇਣੀ ਹੈਗੀ ਠੀਕ ਹੈ ਜਿਹੜਾ ਕਿਉਂਕਿ ਅਗਲੇ ਨੇ ਮੋਡੀਫਾਈ ਕਰਵਾ ਲਿਆ ਠੀਕ ਹੈ ਇੱਕ ਤਰੀਕੇ ਨਾਲ ਤਾਂ ਉਹ ਵੀ ਇੱਕ ਨਾ ਇੱਕ ਦਿਨ ਇਹਨੇ ਥੋੜੇ ਟਾਈਮ ਤੱਕ ਇਹਦੀ ਡਿਮਾਂਡ ਇੰਨੀ ਕੁ ਜ਼ਿਆਦਾ ਵੱਧ ਜਾਣੀ ਹੈ ਵੀ ਇਹ ਟਰੈਕਟਰ ਆਪਾਂ ਨੂੰ ਮਿਲਿਆ ਨਹੀਂ ਕਰਨਾ ਜਾਂ ਰੋਜ਼ 5-5 10-10 15-15 20 ਟਰੈਕਟਰ ਕਬਾੜ 'ਚ ਖੁੱਲ੍ਹ ਰਹੇ ਨੇਗੇ ਵੀ ਉਹ ਉਸ ਟੋਪਿਕ ਦੀ ਗੱਲ ਕਰਾਂਗੇ ਅਤੇ ਫੋਰਡ ਅਤੇ ਨਵੇਂ ਟਰੈਕਟਰਾਂ ਬਾਰੇ ਵੀ ਗੱਲਬਾਤ ਤੁਹਾਡੇ ਨਾਲ ਕਿਉਂਕਿ ਮੇਰਾ ਆਪਦਾ ਐਕਸਪੀਰੀਅੰਸ ਹੈ ਬਈ ਮੈਂ ਤੁਹਾਡੇ ਨਾਲ ਕਿਉਂ ਜੋ ਮੈਂ ਸਾਂਝਾ ਕਰੂੰਗਾ ਵੀ ਮੈਂ ਜੋ ਫੀਲ ਕੀਤਾ ਹੈ ਨਾ ਉਹ ਸਾਰੀਆਂ ਚੀਜ਼ਾਂ ਸਾਂਝੇ ਕਰਾਂਗੇ ਨਵੇਂ ਟਰੈਕਟਰ ਅਤੇ ਫੋਰਡ ਦੇ ਵਿੱਚ ਕੀ ਫਰਕ ਹੈ ਅਤੇ ਫੋਰਡ ਨੂੰ ਲੋਕ ਖਾਸ ਕਰਕੇ ਕਿਉਂ ਲੈਂਦੇ ਨੇਗੇ ਉਹ ਚੀਜ਼ ਹੈ ਨਾ ਉਹ ਸਾਰੀ ਚੀਜ਼ਾਂ ਸਾਂਝੇ ਕਰਾਂਗੇ ਪਹਿਲਾਂ ਮੈਂ ਇੱਕ ਆਪਾਂ ਨੇ ਫੋਰਡ ਪੇਂਟ ਕਰਾਉਣ ਵਾਸਤੇ ਮੈਨੂੰ ਨਵੀਂ ਫਰੰਟ ਸ਼ੋਅ ਨਹੀਂ ਮਿਲ ਰਹੀ ਸੀਗੀ ਕਿਤੋਂ ਅਤੇ ਪੱਲੇ ਨਵੇਂ ਮਿਲਣ ਲੱਗ ਗਏ ਜਿਹੜੇ ਸਾਈਡ ਵਾਲੇ ਪੈਨਲ ਨੇ ਉਹ ਵੀ ਮੈਂ ਤੁਹਾਨੂੰ ਦਿਖਾਊਂਗਾ ਅਤੇ ਫਰੰਟ ਸ਼ੋ ਲੱਭ ਰਹੇ ਜੇ ਕੋਈ ਸਾਫ ਮਿਲ ਜੇ ਜਿਹੜੇ ਆਪਣੇ ਟਰੈਕਟਰ ਆਏ ਸੀਗੇ ਆਪਣੇ ਕੋਲ 2-3 ਟਰੈਕਟਰ ਇਹੋ ਜਿਹੇ ਹੋਏ ਨੇ ਜਿਨ੍ਹਾਂ ਦੀ ਫਰੰਟ ਸ਼ੋ ਹੀ ਜਮ੍ਹਾਂ ਉਹ ਰਿਪੇਅਰ ਹੋ ਹੀ ਨਹੀਂ ਸਕਦੀ ਉਹ ਦੁਬਾਰੇ ਰੀਸਟੋਰ ਹੋ ਹੀ ਨਹੀਂ ਸਕਦੀ ਜਮ੍ਹਾਂ ਖਸਤਾ ਹਾਲਤ ਸੀਗੀ ਉਸ ਕਰਕੇ ਉਹਨੂੰ ਆਪਾਂ ਨਵੇਂ ਲੈਣਾ ਹੈ ਅਤੇ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਪਾਂ ਪਹਿਲਾਂ ਤਾਂ ਕੰਡੀਸ਼ਨ ਦੇਖਦੇ ਹਾਂ ਕਿ ਤੁਹਾਨੂੰ ਮੈਂ ਦਿਖਾਉਣਾ ਵੀ ਕਿਵੇਂ ਕਬਾੜ ਦੇ ਵਿੱਚ ਡੇਲੀ ਫੋਰਡ ਲੋਹੇ ਦੇ ਭਾਅ ਵਿਕ ਰਿਹਾ ਹੈਗਾ ਅਤੇ ਖੁੱਲ੍ਹਦਾ ਜਾ ਰਿਹਾ ਉਹ ਵੀ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਨਾਲ ਬਣੇ ਰਹੋ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਇਹ ਟਰੈਕਟਰ ਮੰਡੀ ਮੈਂ ਆ ਚੁੱਕਿਆ ਹੈਗਾ ਅਤੇ ਤੁਸੀਂ ਇੱਕ ਪਾਸੇ ਤਾਂ ਇਸ ਚੀਜ਼ ਨੂੰ ਇਸ ਟਰੈਕਟਰ ਨੂੰ ਤਿਆਰ ਕਰਾਉਣ ਵਾਲੇ ਦੀ ਬਹੁਤ ਲੰਬੀ ਲਾਈਨ ਹੈ ਨਾ ਵੀ ਜਿਹੜੇ ਇਹਨੂੰ ਤਿਆਰ ਕਰਾਉਣਾ ਚਾਹੁੰਦੇ ਨੇ ਸਾਂਭ ਕੇ ਰੱਖਣਾ ਚਾਹੁੰਦੇ ਨੇ ਇੱਕ ਪਾਸੇ ਇਹੀ ਟਰੈਕਟਰ ਬਈ ਕਬਾੜ ਦੇ ਵਿੱਚ ਖੁੱਲ੍ਹਦਾ ਜਾ ਰਿਹਾ ਹੈਗਾ ਰੋਜ਼ ਡੇਲੀ ਖਤਮ ਹੁੰਦਾ ਜਾ ਰਿਹਾ ਹੈਗਾ ਅਤੇ ਇੱਕ ਚੀਜ਼ ਉਹਦੇ ਹੀ ਦਰਸ਼ਨ ਤੁਹਾਨੂੰ ਮੈਂ ਕਰਾਉਣਾ ਦੇਖੋ ਧਿਆਨ ਨਾਲ ਦੇਖੋ ਆ ਲਓ ਆ ਵੀ ਖੁੱਲ੍ਹਣ ਵਾਸਤੇ ਆਇਆ ਹੋਏਗਾ ਆ ਕਿੰਨੇ ਕੁ ਮੱਥੇ ਦੇਖ ਲਓ ਤੁਸੀਂ ਪਏ ਨੇ ਕਿੰਨੇ ਫੋਰਡ ਉਰੇ ਖੁੱਲ੍ਹ ਗਏ ਆਹ ਫੋਰਡ ਖੁੱਲ੍ਹ ਰਹੇਗਾ ਦਿਨ ਭਰ ਦਿਨ ਬਾਈ ਫੋਰਡ ਖੁੱਲ੍ਹੀ ਜਾ ਰਹੇ ਨੇ ਉਰੇ ਦੇਖ ਲਓ ਫਰੰਟ ਮੱਥੇ ਬਹੁਤ ਸ਼ੋ ਪੱਲੇ ਹੈ ਨਾ ਭੇੜ ਲੱਗਿਆ ਪਿਆ ਚੀਜ਼ਾਂ ਦਾ ਅਤੇ ਕਬਾੜ 'ਚ ਖੁੱਲ੍ਹ ਰਿਹਾ ਫੋੜਾ ਦੇਖੋ ਕਬਾੜ 'ਚ ਖੁੱਲ੍ਹ ਰਿਹਾ ਫੋੜ ਅਤੇ ਇਹ ਕਿੰਨਾ ਕੁ ਹੋਊਗਾ ਬਾਈ ਇਹ ਸਿਰਫ ਇਹ ਤੁਸੀਂ ਆਪ ਲਾ ਲਓ ਅੰਦਾਜ਼ਾ ਵੀ ਕਿੰਨੇ ਕੁ ਹੋਣਗੇ ਫੋੜ ਲੱਖ ਫੋੜ ਹੋਊਗਾ ਜੇ ਹੁਣ ਤੱਕ ਖੁੱਲ੍ਹ ਗਿਆ ਕਿੰਨਾ ਕਬਾੜ 'ਚ ਖੁੱਲ੍ਹ ਗਿਆ ਕੋਈ ਹਿਸਾਬ ਨਹੀਂ ਅਤੇ ਦੇਖਦੇ ਹਾਂ ਚਲੋ ਕੀ ਬਣਦਾ ਹੈਗਾ ਦੱਸਦਾ ਤੁਹਾਨੂੰ ਇੱਕ ਵਾਰ ਸਾਰਿਆਂ 'ਤੇ ਨਿਗਾਹ ਮਰਵਾਉਣੀ ਮੈਨੂੰ ਚਾਹੀਦਾ ਹੈਗਾ ਇਹ ਮੱਥਾ ਜਿਵੇਂ ਫਰੰਟ ਹੁਣ ਇਹਦੇ ਵਿੱਚ ਡੈਂਟ ਡੁੰਟ ਨੇਗੇ ਆਪਾਂ ਨੂੰ ਦੇਖ ਕੇ ਉਰੋਂ ਪਸੰਦ ਕਰਨੀ ਪਊ ਚੀਜ਼ ਵੀ ਕਿਹੜਾ ਆਪਾਂ ਨੂੰ ਵਧੀਆ ਸੈੱਟ ਰਹੂਗਾ ਫੋਰਡ ਦਾ ਮੱਥਾ ਚਾਹੀਦਾ ਪੱਲੇ ਮੈਂ ਤੁਹਾਨੂੰ ਦਿਖਾਊਂਗਾ ਨਵੇਂ ਮਿਲਦੇ ਨੇਗੇ ਨਵੇਂ ਮਿਲਣ ਲੱਗ ਗਏ ਪਹਿਲਾਂ ਨਹੀਂ ਪਤਾ ਸੀ ਹੁਣ ਪਤਾ ਲੱਗਿਆ ਅਤੇ ਉਰੇ ਮੈਂ ਹੁਣ ਜਿੰਨੇ ਵੀ ਦੇਖ ਰਿਹਾ ਸਾਰੇ ਬਣੇ ਹੋਏ ਨੇ ਪੱਲੇ ਜਿਵੇਂ ਜਾਂ ਤਾਂ ਆਹ ਦੇਖੋ ਡੈਂਟ
ठीक है जी दोबारे रीपेंट होए हुए ने इस करके इन्हों नूं लैण दा कोई फायदा नहीं है जिहड़े पल्ले ने इन्हों नूं फ्रंट मत्थे ने कुछ भी है ये दोबारे रीपेंट होकर वैल्ड होए हुए ने इन्हों नूं लैण दा कोई फायदा नहीं यार आपां नूं बिल्कुल साफ चाहिए जिते मेहनत घट करनी पवे तो पुट्टी पट्टी ज़्यादा ना भरनी पवे तो मैनू अद्धा घंटा हो चुका है उरे घूमदे नूं तो अद्धे घंटे जाने नाल भी हल तक तो कोई पसंद आया नहीं क्योंकि जिन्हें भी फूड खुल रहे हैं मोस्टली एक दो बार डेंटिंग पेंटिंग पुट्टी पट्टी भरी होंगी है फ्रैश पीस नहीं मिल रहा तो उही लभण लई भाई घूमने इधर उधर आ देखो होर खुले पे आ भी पैग ये भी हुण ओरिजिनल टाइम नहीं लग रहे यार थोड़ा सही है ये मौसम एविडेंट है गर्मी ज्यादा है मैं तो गड्डी चक ली भाई तो आ देखो सारे पास फोर्ड ही खुलिया होगा तुम इधरले पास भी देखोगे ना मेरे इधर भी आ देखो फोर्ड ही फोर्ड खुले ने उरे भी फोर्ड के मत्थे सब कुछ है खलिया खड़िया रखे भाई तो सब तो ज्यादा जो ट्रैक्टर इस टाइम मार्केट च मंडी च खुल रहा है वह फोर्ड 3600 ही है तो सब तो ज्यादा जो तैयार हो रहा है वह भी फोर्ड 3600 ही है तो मेरी भरावान एक बेनती है बाद वीडियो जी करूँगा जेडे फोर्ड तैयार करने के शौकीन ने उन्होंने एक बेनती करूँगा तो फोर्ड तैयार करवाना चाहिए थोनू या नहीं बारे भी दसूंगा यार मैं थोड़ा भी तुम जी किस परपज वास्ते फोर्ड ट्रैक्टर कोई तैयार करा रहे हो थोड़ा मकसद की है ना उन्होंने ध्यान च रख रहे तो अपन उ मिल गया भी एक फ्रंट मत्था तो कंप्लीट एयर क्लीनर समेत ही मिलेगा तो एक तो अस लैके चलीए बाकी देखते हैं तो अपने पिकअप च रख लिया है अपने आज भी तेल ना निकल जाए ना वो एयर क्लीनर चो सीट फुल फुल दोबारे बन जाएंगे सही हो जाएंगे ते ऐवें ज्यादा पुट्टी पट्टी नहीं भरी हुई सी बाकी हो ही जाने नीचे वाला पासा मेरे बाहर कढ़ो पहला नीचे वाला की नाम है भाई तुहाडा कालू हाँ कालू ने पहला अपन ऑयल ब्रेक वाला हिस्सा भी दिता सी क्यों कालू चल दो तीन होर लेके जाने दे तो ऑयल ब्रेक वाले हिस्से थैंक यू भाई आ खड़ा एक होर फोर्ड देखो साइड पे मेरे ते फोर्ड यार खुल रहा है फोर्ड ते ही थोड़ा जा मैं ताही आज वीडियो दा मेन बनाया है भी फोर्ड दा आने वाले समय च की होने वाला है ठीक है आने वाले नालों भी अपने दस क साल च या पांच साल च फोर्ड का की होने वाला है बोल्ट वाला काम होजूगा है ना पुठे गेर वाले बोल्ट वाला काम होजूगा ये पुठे गेर वाला बोल्ट तो हले खत्म नहीं हो रहा यह खत्म होता जा रहा क्योंकि खुली जा रहा है रोज कबाड़ से तुली जा रहा फोर्ड तो एक बार तुम मंडी देख लो पहला भी मंडी के नवा होर की कुछ कई बार थोड़े ना काम की कोई गड्डी होंगी है जिम्मे I20 खड़ी है या कोई होर गड्डिया खड़िया नेगिया और आई बंद करके बेली ने स्पेयर पार्ट नहीं मिलता कोई यूनिक गड्डी है ना जी कंपनी बंद हो चुकी है या स्पेयर पार्ट बहुत महंगा है टाकिया कुछ भी खोल के ला जाए यार इन्हों का सब कुछ बकाऊ कला कला पार्ट खोल के कबाड़ च बिकता उरे तो सब कुछ कला कला पार्ट तुहानू शायद नवे दे रेट ते भी मिल सकदा है जिहड़ा नवा कंपनी दा रेट हुंदा है उही रेट ते नहीं पता मिले तो अद्ध रेट च भी मिल सकदा है कई बार मिट्टी दे भाव भी मिल सकदा है वह चीज़ा तुहानू चलो जी आप चलिए गड्डी माड़ी जो थोड़े को जमा नवी है चलो मैंने तो हम हिसाब आ गया मेरे को गड्डी मेरे को भी नवी है पर मैं थोड़ा जहाँ हाथ डिग गया उरे चलाने का पता लग गया जो गड्डी तुम उरे ट्रैक्टर मंडी आने होंगे तो ट्रैक्टर मंडी गड्डी थोड़ी जी आपकी जमा नवी ब्रांड न्यू गड्डी ना लियाओ फॉर्चूनर ना लियाओ बड़िया गड्डिया ना लियाओ कहना मतलब क्योंकि
3600 या कोई भी पुराने ट्रैक्टर ने जेडे एफीडेविट ते एफीडेविट अगे दी अगे ये विकते जा रहे नेगे अगे दी अगे अगले ये अगे ला लो चार थावे पांच थावे उही कापी ते नाम हो ही नहीं है कि अगे अगे विक गए या जिवें दो भरावां दा सांझा हुंदा है ना या घर च बापू दे नां ते फोर्ड अगे दो भाई ने इक ने वेचता उहदा रोला हुंदा है ना उही जी चीज़ां बहुत हुंदियां नेगियां ते इस करके सारिआं नूं है ना बेनती देखी भरावा नाल नाल आदी गड्डी ते सारिआं नूं भी इही है भी जिन्हें खरीदना भाई खरीद के रख लो ते बाकी नवें ट्रैक्टर ते पुराने ट्रैक्टर दे विच भाई फर्क हमेशा रहूगा ਤੁਸੀਂ ਜਿੰਨਾ ਮਰਜ਼ੀ ਜੋੜ ਲਾ ਲਓ ਵੀ ਹਾਂ ਇਹ ਟਰੈਕਟਰ ਇੰਨੀ ਕਰਨ ਲੱਗ ਜੂਗਾ ਜਾਂ ਨਵੇਂ ਟਰੈਕਟਰ ਜਿੰਨਾ ਜਿੰਨੀ ਲੌਂਗ ਲਾਈਫ ਹੋ ਉਸ ਚੀਜ਼ ਦੀ ਉਹ ਚੀਜ਼ ਨਹੀਂ ਹੋਣੀ ਵੀਰੇ ਇਹ ਚੀਜ਼ 'ਤੇ ਚਲੋ ਆਪਾਂ ਅੱਗੇ ਗੱਲ ਕਰ ਦੇਵਾਂਗੇ ਅਤੇ ਜਾਮ ਖੁੱਲ ਗਿਆ ਆਪਾਂ ਉਹਦੇ ਪੱਲੇ ਲੈਣੇ ਬਸ ਆਪਣੇ ਪੱਲੇ ਲੈਣੇ ਰਹਿ ਗਏ ਆਪਣਾ ਕੰਮ ਬਾਕੀ ਸਾਰਾ ਕੰਮ ਤਾਂ ਹੋਇਆ ਪਏਗਾ ਜਿਹੜੇ ਫੋਰਡ ਦੇ ਪੱਲੇ ਲੈਣੇ ਨੇ ਆਪਾਂ ਸਾਈਡ ਵਾਲੇ ਪੱਲੇ ਮੈਂ ਨਵੇਂ ਦਿਖਾਉਣਾ ਤੁਹਾਨੂੰ ਵੀ ਨਵੇਂ ਆਉਂਦੇ ਨੇ ਅਤੇ ਉਹਦੇ ਵਿੱਚ ਮੈਂ ਕੰਪੇਅਰ ਕਰਨ ਵਾਸਤੇ ਆਪਾਂ ਲੈ ਕੇ ਚੱਲਾਂਗੇ ਵੀ ਉਹਨੂੰ ਵੀ ਪੁਰਾਣੇ ਪੱਲੇ ਅਤੇ ਇਹਦੇ ਵਿੱਚ ਕੋਈ ਫਰਕ ਹੈਗਾ ਵੀ ਇਹ ਜੈਨੂਨ ਨੇ ਜਾਂ ਬਾਅਦ 'ਚੋਂ ਰੀਮੇਕ ਹੋਏ ਹੋਏ ਨੇ ਆ ਹੈ ਨਾ ਜਾਂ ਕਾਪੀ ਨੇ ਗੇ ਉਹ ਚੀਜ਼ਾਂ ਆਪਾਂ ਕਨਫਰਮ ਕਰਾਂਗੇ ਅੱਜ ਚਲੋ ਜੀ ਆਹ ਪੱਲਿਆਂ ਦੀ ਗੱਲ ਕਰਦਾ ਸੀ ਮੈਂ ਇਹ ਪੱਲੇ ਮੈਂ ਇਕੱਠੇ ਚੱਕ ਲਏ ਹੁਣ ਅਤੇ ਦੇਖ ਲਓ ਪਹਿਲਾਂ ਨਿਗਾਹ ਮਾਰੋ ਜਿਹੜੀ ਚੀਜ਼ ਯਾਰ ਨਵੀਂ ਮਿਲਦੀ ਹੈ ਉਹਨੂੰ ਨਵੀਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਜਿਹੜੇ ਫਰੰਟ ਮੱਥੇ ਨੇ ਉਹ ਵੀ ਕੋਸ਼ਿਸ਼ ਕਰਦੇ ਹਾਂ ਆਪਾਂ ਇੱਕ ਪੀਸ ਮੰਗਾ ਕੇ ਵੀ ਜੇ ਹੈਵੀ ਵੈਸੇ ਤਾਂ ਇਹ ਪੁਰਾਣੇ ਤਾਂ ਨਹੀਂ ਆ ਰਹੇ ਓਰੀਜਨਲ ਤਾਂ ਨਹੀਂ ਆ ਰਹੇ ਇਹ ਦੁਬਾਰੇ ਤਿਆਰੀ ਕੀਤੇ ਹੁੰਦੇ ਨੇ ਪਰ ਜੇ ਉਹ ਜਿਹੜਾ ਨਵਾਂ ਫਰੰਟ ਪੀਸ ਹੁਣ ਫਰੰਟ ਮੱਥਾ ਜੇ ਨਵਾਂ ਆਪਾਂ ਇੱਕ ਮੰਗਾ ਕੇ ਦੇਖ ਲੈਂਦੇ ਹਾਂ ਜੇ ਉਹਦੇ ਵਿੱਚ ਆਪਾਂ ਨੂੰ ਸੋਲਿਡ ਲੱਗਿਆ ਹੈਵੀ ਕੁਆਲਿਟੀ ਦਾ ਲੱਗਿਆ ਤਾਂ ਆਪਾਂ ਫਿਰ ਉਹ ਵਾਲਾ ਯੂਜ਼ ਕਰਨ ਲੱਗ ਜਾਂਗੇ ਆਹ ਪੱਲੇ ਨੇ ਆਹ ਦੇਖੋ ਬ੍ਰੈਂਡ ਨਿਊ ਨੇ ਜਮਾਂ ਅਤੇ ਲੈ ਚੱਲੇ ਬਾਈ ਆਪਾਂ ਇਕੱਠੇ ਪੀਸ ਇੱਕ ਮੇਰੇ ਕੋਲ ਪਹਿਲਾਂ ਪਿਆ ਹੈਗਾ ਅਤੇ ਆਹ ਦੇਖ ਲਓ ਬਾਰੇ ਇੱਕ ਤਾਂ ਆਹ ਕੰਡੀਸ਼ਨ ਮਜਬੂਰੀ 'ਚ ਲੈਣੀ ਪਈ ਆਪਾਂ ਨੂੰ ਅਤੇ ਆਹ ਆਪਾਂ ਨੂੰ ਨਵਾਂ ਅਲੋਟ ਮਿਲ ਗਿਆ ਪੂਰਾ ਇਹ ਹਲੇ ਇੱਕ ਸੈੱਟ ਆਇਆ ਦੋ ਸੈੱਟ ਆਏ ਨੇ ਦੋ ਆ ਗਏ ਤਿੰਨ ਸੈੱਟ ਨੇ ਆਪਣੇ ਹਾਂ ਅਤੇ ਆਹ ਵੀ ਆਪਾਂ ਨੇ ਪੂਰੇ ਦਾ ਪੂਰਾ ਮੰਗਾ ਕੇ ਦੇਖ ਰਹੇ ਹਾਂਗੇ ਆਪਾਂ ਔਡਰ ਕਰਤਾ ਅਤੇ ਘਰ ਆ ਗਿਆ ਮੈਂ ਘਰ ਬਾਈ ਪੇਂਟ ਦਾ ਕੰਮ ਚੱਲ ਰਿਹਾ ਆਪਣਾ ਤੁਹਾਨੂੰ ਪਤਾ ਹੀ ਆਨੰਦ ਵਾਲਾ ਫੋਰਡ ਇਹਨੂੰ ਫਿਰ ਇੱਕ ਵਾਰ ਫਿਰ ਪ੍ਰਾਈਮਰ ਪਾਉਣ ਤੋਂ ਬਾਅਦ ਫਿਰ ਫਾਈਨਲ ਰਗੜਾਈ ਕਰ ਰਹੇ ਹਾਂ ਇਹਦੇ ਉੱਤੇ ਅਤੇ ਇਹਦਾ ਕੰਮ ਚੰਗੀ ਤਰ੍ਹਾਂ ਚੱਲ ਰਿਹਾ ਅਤੇ ਉਸ ਤੋਂ ਇੱਧਰ ਮੱਡ ਗਾੜੇ ਦੇ ਪੇਂਟ ਹੋ ਰਹੇ ਨੇਗੇ ਮੱਡ ਗਾੜੇ ਦੇ ਪੇਂਟ ਹੋਣ ਲੱਗ ਗਏ ਰਿਮ ਇਹਦੇ ਪਿਛਲੇ ਟਾਇਰ ਤਾਂ ਪੇਂਟ ਹੋ ਚੁੱਕੇ ਨੇ ਰਿਮ ਵੀ ਪੇਂਟ ਹੋ ਚੁੱਕੇ ਨੇਗੇ ਅਤੇ ਹੁਣ ਮੱਡ ਗਾੜਾਂ 'ਤੇ ਲੱਗੇ ਹੋਏ ਨੇ ਅਤੇ ਇੱਧਰ ਇਹਦੇ ਵਾਲਾ ਆਪਣਾ ਨਰਵੈਰ ਵਾਲਾ ਕਵਰ ਕੀਤਾ ਪਿਆ ਹਲੇ ਅਤੇ ਆਹ ਕਰਮਜੀਤ ਢਿੱਲੋ ਬਾਈ ਵਾਲਾ ਫੋਰਡ ਹੈਗਾ ਅਤੇ ਇਹਦਾ ਅੱਜ ਕਰੈਂਕ ਫਿੱਟ ਹੋ ਚੁੱਕੀ ਹੈ ਇਹਦਾ ਇੰਜਨ ਬੰਨਣ ਲੱਗ ਚੁੱਕੇ ਹੈਗੇ ਇਹ ਬਹੁਤ ਲੇਟ ਹੋ ਗਿਆ ਯਾਰ ਇਹਦੀ ਤਿਆਰੀ ਕਰਦੇ ਹਾਂ ਹੁਣ ਛੋਟੇ ਛੋਟੇ ਕੰਮਾਂ 'ਚ ਉਲਝੇ ਜਾਂਦੇ ਹੈਗੇ ਇਹਦਾ ਇੰਜਨ ਬੰਨ ਕੇ ਬਸ ਇਹਨੂੰ ਸਟਾਰਟ ਕਰ ਦਾਂਗੇ ਕੱਲ੍ਹ ਸ਼ਾਮ ਤੱਕ ਅਤੇ ਇੰਨੇ ਮੱਡ ਗਾਰਡ ਆਪਣੇ ਪੇਂਟ ਹੋ ਚੁੱਕੇ ਨੇਗੇ ਇਹ ਹੈਗੇ ਨੇ ਆਨੰਦ ਵਾਲੇ ਫੋਰਡ ਦੇ ਅਤੇ ਇਹਦੇ ਫਰੰਟ ਰਿਮ ਪੇਂਟ ਹੋ ਚੁੱਕੇ ਨੇ ਆਹ ਫਰੰਟ ਰਿਮ ਨੇ ਇਹਦੇ ਇਹ ਵੱਡੇ ਵਾਲੇ ਨੇ ਚੌੜੇ ਵਾਲੇ ਨੇ ਦੇਖੋ ਚੜਾਈ ਵਾਲੇ ਨੇ ਇਹ ਵੀ ਇਹਦੇ ਪੇਂਟ ਹੋ ਚੁੱਕੇ ਨੇ ਅਤੇ ਆਹ ਵੇਟ ਨੇਗੇ ਇਹ ਕਰਮਜੀਤ ਢਿੱਲੋ ਵਾਲੇ ਦੇ ਨੇ ਬਾਈ ਕਰਮਜੀਤ ਢਿੱਲੋ ਬਾਈ 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 ਕਿਲੋ ਦੀਆਂ ਇੱਕ ਪਲੇਟ ਹੈ ਬਾਈ ਬਾਈ ਅਤੇ ਆਹ ਮੈਨੂੰ ਲੱਗਦਾ ਹੋਊਗੀ ਇਹਦੇ ਲਿਖਿਆ ਹੋਊ ਵੇਟ 40 ਕਿਲੋ ਦੀ ਸੈਂਟਰ ਪਲੇਟ ਹੈ ਇਹਦੀ ਤਿਆਰੀ ਕਰ ਰਹੇ ਹਾਂ ਅਤੇ ਇੱਧਰ ਆਨੰਦ ਵਾਲੇ ਫੋਰਡ ਦੀ ਜਿਹੜੀ ਅੱਜ ਮੈਂ ਲੈ ਕੇ ਆਇਆ ਸ਼ੋ ਨਵੀਂ ਮਿਲੀ ਨਹੀਂ ਉਹਦੀ ਇਹ ਵੱਢਣ ਦੀ ਤਿਆਰੀ ਕਰ ਰਹੇ ਨੇ ਅਤੇ ਪੱਲੇ ਮੈਂ ਕਾਫੀ ਲਿਆ ਆ ਦਿਖਾਵਾਂ ਆਹ ਪੱਲੇ ਆ ਗਏ ਨਵੇਂ ਬ੍ਰੈਂਡ ਨੂੰ ਮਿਲ ਗਏ ਤਾਂ ਚੱਲ ਅਤੇ ਜਿਹੜਾ ਇੰਜਨ ਹੈ ਕਰਮਜੀਤ ਢਿੱਲੋ ਬਾਈ ਵਾਲੇ ਦਾ ਬਬਲੂ ਫਿੱਟ ਕਰ ਰਿਹਾ ਹੈਗਾ ਇਹਦੀ ਆਹ ਕੇਮ ਹੈ ਕੇਮ ਕਿੱਥੇ ਡੱਬਾ ਇਹਦਾ ਕੇਮ ਵੀ ਮਹਿੰਗੀ ਹੋ ਗਈ ਯਾਰ ਪਹਿਲਾਂ ਨਾਲੋਂ ਹੁਣ ਤਾਂ 3174 ਰੁਪਏ ਦੀ ਹੈ ਇਹਦੇ ਨਾਲ ਹੋਰ 15% ਹੋਰ ਵੱਧ ਗਿਆ ਬਾਕੀ ਹੈ ਕੁਛ ਪਾਰਟ ਹੁਣ ਜਿਵੇਂ ਇਹ ਮਿਲ ਰਿਹਾ ਹੈਗਾ ਕੁਛ ਐਚ ਆਰ ਬੀ ਦਾ ਮਿਲ ਰਿਹਾ ਹੁਣ ਇਸ ਟਾਈਮ ਪਾਰਟਸ ਵੀ ਬਹੁਤ ਮੁਸ਼ਕਿਲ ਨਾਲ ਸਾਡੇ ਸ਼ਹਿਰ 'ਚ ਤੁਹਾਨੂੰ ਪਤਾ ਹੀ ਜਦੋਂ ਦੀ ਪ੍ਰੋਬਲਮ ਹੈ ਚਲੋ ਇੰਨੇ ਇੰਜਨ ਬੰਨ ਰਹੇ ਇਹ ਅਤੇ ਆਪਾਂ ਚੱਲੇ ਪੇਂਟ ਲੈਣ ਅਤੇ ਹਾਂਜੀ ਵੀਰੇ ਹੁਣ ਦੁਬਾਰੇ ਘਰ ਪਹੁੰਚ ਚੁੱਕੇ ਹੈਗੇ ਬਸ ਅੱਜ ਸ਼ਾਮ ਕੀ ਰਾਤ ਹੋ ਚੁੱਕੀ 8 ਵੱਜ ਚੁੱਕੇ ਨੇਗੇ ਅਤੇ ਆਹ ਦੇਖੋ ਰਿਮ ਪੇਂਟ ਹੋ ਗਏ ਇਹਦੇ ਆਹ ਵੇਟ ਇਹਨਾਂ ਨੇ ਤਿਆਰ ਕਰ ਰਹੇ ਨੇ ਹਾਲੇ ਖੋਲਿਆ ਦੇਖ ਲਓ ਇਕੱਲਾ ਇਕੱਲਾ ਕਰਕੇ ਪਲੇਟ ਇਹ 22 ਕਿਲੋ ਦੀ ਇੱਕ ਹੈ ਇਹਨੂੰ ਤਿਆਰ ਕਰਨਾ ਵੀ ਬੜਾ ਔਖਾ ਹੈਗਾ ਇਹਦੀ ਸੈਟਿੰਗ ਚੱਲ ਰਹੀ ਹੈਗੀ ਰਗੜਾਈ ਰਗੜੂਈ ਚੱਲ ਰਹੀ ਉਸ ਤੋਂ ਬਾਅਦ ਇਹਦੀ ਤਾਂ ਜਾ ਕੇ
करमजीत ढिलोवाई वाले का ता जाके ये वेट की फिनिशिंग आनी है पूरी जचना तेगा जो आप हूँ ही रगड़ रुड़ के उसे बना बना दिए शीशा बना लेगा। तो मडगढ़ आनंद वाले कोट के पेंट हो चुके हैं तो ये सारा प्राइमर बच चुके हैं इन्हों एक बार रगड़ाई भी इन्हों की भी सारे की हुई है जिन्ने पार्ट ने आनंद वाले कोट के ने इन की भी रगड़ाई हुई है टेंकी है इन्हों की चंगी तरह रगड़ाई हुई है। रगड़ाई होने तो बाद फिर ये आ कंडीशन पहुँच चुके हैं। आ पले तो थोड़ा मैं दिखाई दिते अज है ना भी जो मैं पले नवे लेके आया ब्रांड में लेके आया तो जोड़ा पला दूसरा जिसे उत्ते जड़ लगी हुई थी जो तुम्हें क्या भी आपको खरीदना पैना है उन्होंने देख लो आ रगड़ के आ चीज़ बनाती वो इन्ना रगड़ लिया भी उ है ये जो मैं पहला तुम देखे पला लैके आया तो यू फिर हूँ यद बेस तैयार करा यदा नीचो इनू तैयार करा सारा तो फिर जाके जो टी ट्वेंटी वाला आप हिस्सा ला दें तो इनू वढ़ना पैंता शो नीचो तो फिर जाके ये उत्ते सैटिंग आती है यदि तो यदा आ वढ़िया पैगा ये साढ़े कोई काम का नहीं नीचे वाला पार्ट आगा इन्ना वढ़ना पै जाता है जो आप इनू पावर स्टीयरिंग कर दें। वेट दियाँ इट्टां ने गियां भाई ये भी बहुत जरूरी चीज़ है तो अपने को वेट आ वेट दियाँ इट्टां ने गियां इनू इनू ये उत्ते वेट लगना है पहले ये फिट होने फिर उत्ते वेट लगेगा तो यह भी 80 किलो के वांगू यदा वेट होंगे मेरे हिसाब से 80 किलो पता नहीं 40 पता नहीं 80 यार ध्यान च नहीं मेरे को लिखा भी नहीं होगा किसी होगा उन्होंने वेट के बराबर ही होंगे यदा वेट तो कल बई का करमजीत ढिलोवाई वाले का इंजन तैयार होंगे दिखावे थोड़ा पिछड़ों पुछन पैदा सारा कुछ तो वह सारी चीज़ा का ब्लॉग कल होगा तो मैं थोड़े ना सांझा तो मैं दूसरा ब्लॉग करना जोड़ा ट्रैक्टर की डिलीवरी वाला वो बने यार एक घंटे प्लस का ब्लॉग है क्योंकि वो टैसटिंग टूसटिंग बड़ी हुई तो बहुत कुछ वो ला लो भी चला चला के पांच सत्त बंद ने अड अड चला के देखा ता करके वीडियो काफ़ी लंबी बन गई हो तो एक घंटे जब मैं वीडियो बनाना है तो उन्होंने एडिट करने दो घंटे लगन गए मैनू जे एक घंटे की वीडियो मैं बनाना फिर उन्होंने सेव करने अपलोड करने उन्ना ही ज़्यादा टाइम लग जाता है करके आज छोटा जिहा ब्लॉग तुहाडे नाल साझा कर रहे हैं। तो कल वाली वीडियो के मैं कोशिश कर दिया अभी वीडियो है अज एडिट हो चुकी है अभी कलू करा तो वो ब्लॉग ट्रैक्टर की डिलीवरी वाला ब्लॉग कल साझा करा थोड़े बाकी भाई इस तरीके प्यार बनाई रखो भाई मिलते हैं अगली वीडियो के दिलों धन्यवाद थोड़ा सारे का।